ਨੂੰ ਖੂਨ ਸ਼ਹੀਦਾਂ ਦਾ ਨਹੀਂ ਕਹਿੰਦੇ, ਜਿਹੜਾ ਲਹੂ ਤੇ ਰਤ ਸਦਾਮ ਦਾ ਏ। ਓ ਕਤਰਾ ਖੂਨ ਸ਼ਹੀਦਾਂ ਦਾ ਡੁੱਲ ਜਾਵੇ, ਪਿਆ ਹਰਸ਼ ਤੇ ਫਰਸ਼ ਹਲਾਮ ਦਾ ਏ। ਦੀਵਾ ਜਗਦਾ ਇਸ ਦੇ ਨਾਲ ਜਗਦਾ, ਜਿੱਥੇ ਆਪਣਾ ਨੂਰ ਬਰਸਾਮ ਦਾ ਏ। ਹਾਂ ਕਾਦੀ ਜ਼ਾਲਮ ਨੂੰ ਚਾਹੀਦਾ ਜਾਨ ਰੱਖੇ, ਰਾਜ ਜ਼ਾਲਮ ਦਾ ਹੁੰਦਾ ਹੈ ਪੰਗ ਇੱਕ ਦਿਨ, ਬੱਚਾ ਬੱਚਾ ਮਜ਼ਲੂਮਾਂ ਦਾ ਜਾਣਦਾ ਏ। ਲਾਉਂਦਾ ਖੂਨ ਸ਼ਹੀਦਾਂ ਦਾ ਰੰਗ ਇੱਕ ਦਿਨ। ਆਓ ਸਭ ਤੋਂ ਪਹਿਲਾਂ ਸਾਰੀ ਸੰਗਤ ਸਾਡੀ ਤੇ ਆਪਣੀ ਲਵਾਓ ਹਾਜ਼ਰੀ, ਗੱਜ ਵੱਜ ਕੇ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਸ਼ਾਇਰ ਨੇ ਬੜੀ ਵਧੀਆ ਗੱਲ ਲਿਖੀ ਹੈ, ਆਂਦਾ ਆਜ਼ਾਦੀ ਦੇ ਦਿਲਾਂ ਵਿੱਚ ਕਿਸੇ ਦੇ ਦਿਲਾਂ ਨੂੰ ਤੰਗੀ ਨਹੀਂ ਹੁੰਦੀ, ਆਜ਼ਾਦੀ ਦੇ ਦਿਨਾਂ ਵਿੱਚ ਕਿਸੇ ਦੇ ਦਿਲਾਂ ਨੂੰ ਤੰਗੀ ਨਹੀਂ ਹੁੰਦੀ ਤੇ ਗੁਲਾਮੀ ਖੁਸ਼ੀ ਦੇ ਰੰਗਾਂ ਵਿੱਚ ਰੰਗੀ ਨਹੀਂ ਹੁੰਦੀ। ਬਤਨ ਨੇ ਆਸ਼ਕਾ ਇਸ ਗੱਲ ਨੂੰ ਸਿੱਧ ਕੀਤਾ, ਗੁਲਾਮੀ ਤਾਂ ਯਾਰੋ ਰੱਬ ਦੀ ਵੀ ਚੰਗੀ ਨਹੀਂ ਹੁੰਦੀ। ਲਓ ਅੰਗਰੇਜ਼ਾਂ ਨੇ ਹਿੰਦੁਸਤਾਨ ਨੂੰ ਗੁਲਾਮ ਰੱਖਣ ਲਈ ਇੱਕ ਸਾਈਮਨ ਕਮਿਸ਼ਨ ਬਿੱਲ ਪਾਸ ਕਰਕੇ ਭੇਜਿਆ, ਉਹਦਾ ਵਿਰੋਧ ਕੀਤਾ ਪੰਜਾਬੀ ਨੌਜਵਾਨਾਂ ਨੇ, ਔਰ ਸਰਕਾਰ ਨੇ ਜੋ ਜ਼ੁਲਮ ਕੀਤਾ ਉਹਦਾ ਬਦਲਾ ਲੈਣ ਲਈ ਸਾਂਡਰਸ ਤੋਂ ਸਰਦਾਰ ਭਗਤ ਸਿੰਘ, ਚੰਦਰ ਸ਼ੇਖਰ ਆਜ਼ਾਦ ਉਹਦੇ ਸਾਥੀ ਬਦਲਾ ਲੈਣ ਲਈ ਤਿਆਰ ਹੋਏ ਨੇ। ਸਕੀਮ ਪਾਸ ਕੀਤੀ ਗਈ ਹੈ ਵੀ ਜਦ ਸਾਂਡਰਸ ਦਫ਼ਤਰੋਂ ਨਿਕਲੇ ਤੇ ਜੈਗਪਾਲ ਰਮਾਲ ਦਾ ਇਸ਼ਾਰਾ ਕਰੇਗਾ, ਭਗਤ ਸਿੰਘ ਉਹਦੇ ਉੱਤੇ ਗੋਲੀ ਦਾਗੇਗਾ। ਲਓ 4:20 ਦੇ ਉੱਤੇ ਗੋਰਾ ਆਪਣੇ ਦਫ਼ਤਰ ਨੂੰ ਜਿੰਦਾ ਮਾਰ ਕੇ ਨਿਕਲਣ ਲੱਗਾ ਤੇ ਜੈਗਪਾਲ ਨੇ ਇਸ਼ਾਰਾ ਕਰ ਦਿੱਤਾ, ਉਹਦੀ ਛਾਤੀ 'ਤੇ ਸਰਦਾਰ ਭਗਤ ਸਿੰਘ ਨੇ ਠਾ ਠਾ ਕਰਕੇ ਗੋਲੀਆਂ ਇਉਂ ਮਾਰੀਆਂ ਬਈ। ਨਿਕਲਿਆ ਦਫ਼ਤਰੋ ਗੁਲਾ ਚੰਦ ਬਾਲ ਨਿਕਲਿਆ ਦਫ਼ਤਰੋ, ਜਿਵੇਂ ਹੱਡੀ ਵਿੱਚੋਂ ਨਾ ਨਿਕਰਾਰ, ਅੱਗੋਂ ਕਰਿਆ ਇਸ਼ਾਰਾ ਜੈਗਪਾਲ ਨੇ। ਇੱਕ ਹੋਰ ਪੰਜਾਬੀ ਦਾ ਸ਼ਹਿਰ ਲਿਖਦਾ ਹੈ, ਜਿਹੜੇ ਹੱਕ ਹਕੀਕ ਨੂੰ ਜਾਣਦੇ ਨਹੀਂ, ਮੈਂ ਨਾ ਉਹ ਮੁਰਸ਼ਦ ਦੇ ਨਾ ਮਰੀਦ ਹੁੰਦੇ, ਸਾਹਿਬ ਸੀਰ ਦੇ ਜ਼ਿਕਰ ਨਾ ਦਈਏ, ਮੈਂ ਸੁਣਦੇ ਅਣਖ ਦੇ ਨਹੀਂ ਖਰੀਦ ਹੁੰਦੇ, ਤੇਗ ਅਸ਼ਕ ਦੀ ਜਿਨ੍ਹਾਂ ਨੂੰ ਝਟਕ ਦੀਏ, ਕਹਿੰਦੇ ਦਿਲਾਂ ਦੇ ਉਹੀ ਉਮੀਦ ਹੁੰਦੇ, ਤੇ ਕਤਲਗਾਵਾਂ ਵੀ ਪੂੰਜੀਆਂ ਜਾਂਦੀਆਂ ਨੇ, ਜਿੱਥੇ ਮਾਵਾਂ ਦੇ ਪੁੱਤ ਸ਼ਹੀਦ ਹੁੰਦੇ ਆਉਣ ਵਾਲੀਆਂ ਲੈਣਾਂ ਚ ਬਿਆਨ ਨੇ। ਅੱਗੋ ਕਰਿਆ ਜੋ ਸਾਰਾ ਜੈਗਪਾਲ ਲਾਈ ਬੈਠਾ ਤਾਂ ਜਿਹੜਾ ਤੋਂ ਜਿਹੜਾ ਚਾਰ ਗੋਲੀ ਛੱਡਤੀ ਭਗਤ ਸਿੰਘ ਸੂਰਮੇ। ਭਗਤ ਸਿੰਘ ਸੂਰਮੇ ਕੋੜਨ ਪਿਆ ਤੇ ਹੋਈ ਕਣਕਾਰ, ਬਿੱਲਾ ਸਾਈਕਲ ਤੋਂ ਲਾਟੂ ਬਾਂਹ ਖੁੰਮ ਕੇ
मोरा सैकल तो लाटू पा घूम के धरती तट गया आल अगो दौड़ के भी आ गया आदमी आ गया आदमी जिम्मे बकरा ते प्या बग उन्हें मारी गोली हो मेरी दाद में उन्हें मारी गोली सीने बिच बन के उन्हें भगते डिगी आ गया मारी गोली सीने बिच खिंच के तोरे बंदे दे डिगी यार पंछी मार के उडारी पौरी उडिया मार के अडारी पौर उडिया खाली पिंजरे दी रह गई कार याद मेरे बाद जग रहिंदियां मरदा जग बच रहिंदियां पगसियां तेरियां जेड़े इश्क दे रंग बच गए रंगे ते भगवा उन्होंने चोले नू रंगना की हीले ले जो जान नू हील दे नहीं मैं आए भक्त नू उन्हां ने अंगना की हीले लई जो जान नू हील दे नहीं आए भक्त नू उन्हां ने अंगना की जेड़े सीस ने तली ते धर सकदे उन्हां प्यारे दी गली च नंगना की जेड़े अपना भला नहीं भाल सकदे ते भला उन्हां सरबत दा मंगना की ये सी सरबत दा भला मंगण वालियां दी गल जेड़ी आप दे सामने पेश कीती है सो इतिहास पेश करदे आं बड़ियां त्रुटियां रह जांदियां साध संगत माफ करन जोगे दिओ प्यार दा सबूत बुलाओ फतेह वाहिगुरु जी का खालसा वाहिगुरु जी की फतेह ਸਤਿ ਸ੍ਰੀ ਅਕਾਲ।